ਪਾਤਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕਰਨ ਵਾਸਤੇ ਆਇਆ। ਪੰਜਾਬ ਦੀ ਬਹੁਤ ਮਹਾਨ ਸ਼ਖਸੀਅਤ ਸਨ ਪਾਤਰ ਸਾਹਿਬ। ਪਾਤਰ ਸਾਹਿਬ ਨੇ ਪੰਜਾਬ ਵਾਸਤੇ, ਪੰਜਾਬੀ ਵਾਸਤੇ ਔਰ ਪੰਜਾਬੀ ਮਾਂ ਬੋਲੀ ਵਾਸਤੇ ਬਹੁਤ ਕੰਮ ਕੀਤਾ। ਇਹੋ ਜਿਹੇ ਲੋਕਾਂ ਦਾ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਦੇਸ਼ ਨੂੰ, ਸਮਾਜ ਨੂੰ, ਪੂਰੀ ਦੁਨੀਆ ਨੂੰ। ਔਰ ਪੂਰੀ ਦੁਨੀਆ 'ਚ, ਨਾ ਕੇਵਲ ਪੰਜਾਬ 'ਚ, ਉਹਨਾਂ ਨੇ ਆਪਣੇ ਪਰਿਵਾਰ ਦਾ ਨਾਂ ਕਰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚੇ ਪੱਧਰ 'ਤੇ ਲੈ ਕੇ ਗਏ। ਮੈਂ ਅੱਜ ਉਹਨਾਂ ਨੂੰ ਅੰਤਿਮ ਅਰਦਾਸ ਦੇ ਮੌਕੇ 'ਤੇ ਆਪਦੀ ਕਾਂਗਰਸ ਪਾਰਟੀ ਵੱਲੋਂ ਔਰ ਆਪਦੇ ਵੱਲੋਂ ਆਪਦੇ ਮਰਹੂਮ ਇਸ ਲੀਡਰ ਨੂੰ, ਲੀਡਰ ਇਹ ਨਹੀਂ ਹੈ ਕਿ ਜਿਹੜੇ MLA ਹੁੰਦੇ ਆ ਉਹ ਲੀਡਰ ਹੁੰਦੇ ਆ, ਲੀਡਰ ਉਹ ਹੁੰਦੇ ਆ ਜਿਨ੍ਹਾਂ ਦਾ ਸਮਾਜ 'ਚ ਰੁਤਬਾ ਹੁੰਦਾ। ਅੱਜ ਉਹਨਾਂ ਨੂੰ ਨਕਮਸਤਕ ਹੋਣ ਵਾਸਤੇ ਆਏ ਔਰ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਵਾਸਤੇ ਆਏ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਦੀ ਨਿਵਾਸ ਬਖਸ਼ਿਓ ਆਪਦੀ ਕਚਹਿਰੀ 'ਚ, ਔਰ ਪਿੱਛੇ ਪਰਿਵਾਰ ਨੂੰ, ਮੇਰੇ ਭਰਾਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ।